ਜਿਨ੍ਹਾਂ ਦੀਆਂ ਬੱਚੀਆਂ ਦੇ ਫਰਜ਼ ਨਹੀਂ ਅਦਾ ਹੋਏ, ਇਹ ਜ਼ਿਕਰ ਪਾਕ ਦਾ ਸਦਕਾ, ਪਾਕ ਹਸਤੀਆਂ ਦਾ ਸਦਕਾ ਮਾਲਿਕ ਮੁਨਾਸਿਬ ਜਗ੍ਹਾ 'ਤੇ ਫਰਜ਼ ਅਦਾ ਫਰਮਾ, ਔਰ ਜਿਨ੍ਹਾਂ ਦੇ ਹੋ ਗਏ ਮਾਲਿਕ ਨਸੀਬ ਨੇਕ ਫਰਮਾ। ਮੇਰਾ ਕਰੀਮ ਅੱਲਾ ਰਹੀਮ ਅੱਲਾ ਸੀ, ਮੈਂ ਹਰ ਮੈਂਬਰ ਪਾਕ ਅਤੇ ਮੁਰਵਤ ਬਾਈ ਜ਼ਿੰਦਗੀ ਹੋਵੇ ਤੁਹਾਡੀ, ਹਰ ਮੈਂਬਰ ਪਾਕ 'ਤੇ ਦੁਆ ਕਰਦਾ ਰਹਿੰਦਾ। ਅਸੀਂ ਆਹ ਦਿਆਂ ਜੋ ਅਸਾਂ 5-12-14 ਦੇ ਨੌਕਰ ਹੈ, ਜਿਹੜੇ ਆਹ ਦਿਓ ਉਹ ਸਿਰ ਹਲਾ ਛੋੜੋ, ਮੈਂ ਆਇਆ ਹੀ ਸਾਹ ਕਢਾਵਣ ਵਾਸਤੇ ਹਾਂ ਤੁਹਾਨੂੰ। ਕੋਈ ਜ਼ਿੱਦ ਨਹੀਂ, ਤੁਹਾਡੀ ਹਿੰਮਤ ਹੈ, ਅਹਿਸਾਨਮੰਦ ਹੈ, ਤੁਸੀਂ ਸੁਬਹਾ ਦੇ ਆਏ ਹੋ ਅਤੇ ਇਸ ਟਾਈਮ ਤੱਕ ਮੌਜੂਦ ਹੋ। ਪਾਕ ਸੈਯਦਾ ਤੁਹਾਨੂੰ ਅਜਰੇ ਅਜ਼ੀਮ ਅਤਾ ਫਰਮਾਵੇ, ਅਤੇ ਬਿਲਕੁਲ ਤੁਸੀਂ ਸਕੂਨ ਨਾਲ ਨਾ ਅਤੇ ਗੌਰ ਨਾਲ ਮੈਨੂੰ ਸੁਣਨਾ, ਅਤੇ ਮੇਰੇ ਹੱਕ 'ਚ ਅਤੇ ਮਜ਼ਹਰ ਬਾਈ ਅਤੇ ਇਹਨਾਂ ਸਾਰਿਆਂ ਦੇ ਹੱਕ 'ਚ ਤੁਸੀਂ ਦੁਆ ਕਰ ਦੇਣੀ ਬਸ। ਮੌਲਾ ਤੁਹਾਨੂੰ ਸਲਾਮਤ ਰੱਖਣ ਅਸਾਂ ਦੇ ਹਾਂ, ਅਸਾਂ 5-12-14 ਦੇ ਨੌਕਰ ਹੈ, ਆਦੇ ਹੈ ਨਾ। ਹੁਣ ਮਾਲਿਕ ਹੱਥ ਆਓ, ਹੱਥ ਦਰਾਜ਼ ਕਰੋ। ਮੇਰਾ ਕਰੀਮ ਅੱਲਾ ਰਹੀਮ ਅੱਲਾ, ਸਾਨੂੰ ਇੰਝ ਬਣਾ ਜੋ ਉਹ ਆਖਣ ਇਹ ਸਾਡੇ ਨੌਕਰ ਹਨ। ਮਾਲਿਕ ਸਾਨੂੰ ਜ਼ਿਕਰ ਸ਼ਨਾਸ ਬਣਾ, ਜਿਵੇਂ ਕਿ ਇੱਕ ਪੁਰਾਣਾ ਦੌਰ ਆਈ, ਅਲਹਮਦੁਲਿਲਾ ਬੰਦੇ ਘਰਾਂ ਤੱਕ ਰੋਂਦੇ ਬੰਦੇ ਹਨ, ਬੜੀ ਰੂਹਾਨੀਅਤ ਹੁੰਦੀ ਹੈ। ਮਾਲਿਕ ਸਨ ਹਕੂਕੁੱਲਾ ਔਰ ਹਕੂਕੁੱਲਾ ਔਰ ਹਕੂਕੁਲ ਇਬਾਦ ਦੀ ਅਦਾਗੀ ਦੀ ਤੋਫੀਕ ਅਤਾ ਫਰਮਾ। ਮੇਰਾ ਕਰੀਮ ਅੱਲਾ, ਜਿਤਨੇ ਬਜ਼ੁਰਗ ਇਸ ਨਗਰੀ ਦੇ ਬਾਨੀਆਨ ਦੇ ਸਾਡੇ ਟੁਰ ਗਏ ਸਖੀ ਸ਼ਬੀਰ ਬਾਦਸ਼ਾਹ ਸਦਕੇ, ਮਾਲਿਕ ਦਰਜਾਤ ਬੁਲੰਦ ਫਰਮਾ, ਲਿਵਾ ਉਲਹਮਦਾ ਸਾਇਆ ਨਸੀਬ ਫਰਮਾ। ਰਮਜ਼ਾਨ ਬਾਈ ਬਿਮਾਰ ਹੈ, ਜਿਤਨੇ ਵੀ ਕੁੱਲੋ ਹੋ ਮੈਨੂੰ ਨਹੀਂ ਪਤਾ, ਬਿਮਾਰ ਹਨ, ਮਾਲਿਕ ਸਿਹਤ ਕਾਮਲਾ ਅਜਲਾ ਅਤਾ ਫਰਮਾ। ਮੇਰੇ ਬਜ਼ੁਰਗ ਸ਼ਹੀਦ ਫਖਰ ਬਾਦਸ਼ਾਹ ਬਿਮਾਰ ਹਨ, ਮਾਲਿਕ ਸਿਹਤ ਕਾਮਲਾ ਅਜਲਾ ਅਤਾ ਫਰਮਾ। ਮੇਰਾ ਕਰੀਮ ਅੱਲਾ ਰਹੀਮ ਅੱਲਾ, ਲੱਖਾਂ ਦੀ ਇੱਕ ਦੁਆ ਸਾਡੇ 12ਵੇਂ ਹਾਦੀ ਦਾ ਜਲਦ ਜ਼ਹੂਰ ਫਰਮਾ। ਭਾਈ ਗੁਲਾਮ ਬਾਸ ਦੀ ਮਾਲਿਕ ਜ਼ਿੰਦਗੀ ਦਰਾਜ਼ ਫਰਮਾਵੇ। ਹੁਸੈਨ ਬਾਗ ਜੀ, ਇਤਨੇ ਵੀ ਬੈਠੇ ਹੋ, ਮੈਂ ਨਾ ਲਵਾਂ ਤਾਂ ਸ਼ਾਇਦ ਮੇਰਾ ਟਾਈਮ ਹੀ ਪੂਰਾ ਹੋਵੇ ਸੀ, ਅਤੇ ਦੁਆ ਵੀ ਜ਼ਰੂਰੀ ਹੁੰਦੀ ਹੈ। ਮੁੰਤਖਿਮ ਆਲੇ ਮੁਹੰਮਦ ਵਾਰਿਸ ਖੂਨ ਹੁਸੈਨ ਜ਼ਾਮਿਨ ਨਸਲ ਮੁਸਤਫਾ, ਹਕੀਕੀ ਆਇਤੁੱਲਾ, ਹਕੀਕੀ ਕੁਦਰਤੁੱਲਾ, ਹਕੀਕੀ ਮਸ਼ੀਅਤੁੱਲਾ, ਹਕੀਕੀ ਲਿਸਾਨੁੱਲਾ, ਵਾਰਿਸ ਬਿਨਾ ਲਾ ਇਲਾ, ਵਾਰਿਸ ਇੰਨਾ ਮਾਂ ਪਾਕ ਬੀਬੀ ਦਾ ਬੇਮਿਸਲੋ ਬੇਮਿਸਾਲ ਬਛੜਾ, ਸੁਲਤਾਨ ਜ਼ਮਾਨਾ, ਸੁਲਤਾਨ ਕਾਇਨਾਤ ਦੀ ਜਲਦ ਆਮਦ ਵਾਸਤੇ, ਜਿਸ ਜਿਸ ਆਜ਼ਾਦਾਰ ਦਾ ਜਿਤਨਾ ਦਿਲ ਤੜਪਦਾ ਮਚਲਦਾ ਹੈ, ਉਤਨੀ ਖਲੂਸ ਭਰੀ ਬੁਲੰਦ ਸਲਵਾਤ। ਆਪਣੇ ਮਰਹੂਮੀਨ ਦੀ ਦਰਜਾ ਤੇ ਬੁਲੰਦੀ ਵਾਸਤੇ ਬਾਵਾਜ਼ੇ ਬੁਲੰਦ ਸਲਵਾਤ। ਇਜਾਜ਼ਤ ਹੈ ਥੋੜ੍ਹੀ ਜਿਹੀ ਨੌਕਰੀ ਦੇ ਲਵਾਂ। ਮੌਲਾ ਤੁਹਾਨੂੰ ਸਲਾਮਤ ਰੱਖਣ, ਮੌਲਾ ਆਬਾਦ ਫਰਮਾਵਣ, ਪਰ ਦੀਗਰ ਸਲਵਾਤ। ਅਲਹਮਦੁਲਿਲਾਹ ਰੱਬਿਲ ਆਲਮੀਨ, ਅਸਲਾਤੁ ਵਸਲਾਮ ਅਲਾ ਅਸ਼ਰਫਿਲ ਅੰਬੀਆ ਵਲ ਮੁਰਸਲੀਨ ਵਾਲ ਤਯਬੀਨ ਤਾਹਿਰੀਨ ਅਲ ਮਾਸੂਮੀਨ ਇਨ ਲਹਾ ਵ ਮਲਾਇਕਤੁ ਯੁਸੱਲੂਨਾ ਅਲਾ ਨਬੀ ਯਾ ਅਯੁਹ ਲਜ਼ੀਨਾ ਆਮਨੂ ਸੱਲੂ ਅਲੈਹਿ ਵਸੱਲਿਮੂ ਤਸਲੀਮਾ। ਦਯਾਰ ਗੈਰ ਮੈਂ ਜ਼ਹਿਰਾ ਕਾ ਚੈਨ ਬੋਲੇਗਾ, ਬੜੀ ਮਿਹਰਬਾਨੀ ਅਹਿਸਾਨ ਮੰਦਾ। ਦਯਾਰ ਗੈਰ ਮੈਂ ਜ਼ਹਿਰਾ ਕਾ ਚੈਨ ਬੋਲੇਗਾ, ਬਿਨਾ ਬਦਨ ਕੇ ਸ਼ਹੇ ਮਸ਼ਰਕੈਨ ਬੋਲੇ, ਬੜੀ ਮਿਹਰਬਾਨੀ। ਬਿਨਾ ਬਦਨ ਕੇ ਸ਼ਹੇ ਮਸ਼ਰਕੈਨ ਬੋਲੇਗਾ, ਕਸਮ ਖੁਦਾ ਕੀ ਖੁਦਾ ਇਸ ਲਈ ਹੈ ਚੁੱਪ ਹੈਦਰ, ਉਸੇ ਖਬਰ ਹੈ ਸਿਨਾ ਪਰ ਹੁਸੈਨ ਬੋਲੇ। ਇਹਨਾਂ ਹੱਥਾਂ ਨੂੰ ਸਲਾਮ, ਜ਼ਿੰਦਗੀ ਪੂਰੀ ਤਾਕਤ ਨਾਲ ਦੋਵੇਂ ਹੱਥ ਬੁਲੰਦ ਕਰਕੇ ਹੈਦਰ। ਇੱਕ ਡਾਇਰੀ ਲਈ ਹੈ ਜਲੀਸ ਬਾਈ ਜਾਨ ਕੋਲੋਂ, ਦੂਜੀ ਡਾਇਰੀ ਲੈਣੀ ਹੈ ਵਕਾਰ ਬਾਈ ਜਾਨ ਕੋਲੋਂ। ਅਤੇ ਅੱਗੇ ਮੇਰੇ ਖਿਆਲ ਵਿੱਚ ਮਸਾਹਿਬ ਦੀ ਲੋੜ ਹੀ ਨਾ ਪੋਸੀ, ਮੇਰਾ ਦਿਲ ਹੈ ਬਈ ਥੋੜ੍ਹੇ ਜਿਹੇ ਟਾਈਮ ਵਿੱਚ ਨਾ ਹਾਜ਼ਰੀ ਆਪਣੀ ਪੂਰੀ ਲਵਾ ਛੋੜੀ, ਸਾਰੀ ਸੁਰੀਲੀ ਮਖਲੂਕ ਪੜ੍ਹਦੀ ਰਹੀ ਹੈ, ਅਤੇ ਅਸਾਂ ਇਹਨਾਂ ਦੇ ਮੰਨਣ ਵਾਲੇ ਹੁੰਦੇ ਹੀ ਸੁਰੀਲੇ ਨੇ। ਅਤੇ ਮੌਲਾ ਤੁਹਾਨੂੰ ਅਰਸ਼ਾਂ 'ਤੇ ਰੰਗ ਬਖਤ ਲਾਵਣ, ਮੌਲਾ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰਨ, ਅਤੇ ਆਉਣ ਬਾਈ ਜਾਨ
ਮੇਰਾ ਦਿਲ ਹੈ ਲੈਣੀ ਦੁਆ ਹੈ, ਪਰੇਸ਼ਾਨ ਨਹੀਂ ਹੋਣਾ, ਹੋ ਸਕਦਾ ਪਾਕ ਮੇਰੇ ਤੇ ਕਰਮ ਕਰ ਦੇ ਮੈਨੂੰ ਅਮਰ ਹੋ ਜਾਵੇ, ਬਸ ਦੁਆ ਤੁਸੀਂ ਕਰਨੀ ਹੈ ਅਤੇ ਮੇਰਾ ਦਿਲ ਹੈ ਵੀ ਸਰਕਾਰ ਦੀ ਸ਼ਾਨ ਵਿੱਚ ਮੈਂ ਵੀ ਥੋੜ੍ਹਾ ਜਿਹਾ ਨਾ ਜ਼ਿਕਰ ਕਰ ਲਵਾਂ। ਬਾਬਾ ਜ਼ਬਲਾਨ ਸਲਵਾਤ ਪੜ੍ਹੋ ਤੇ ਮੈਂ ਤੁਹਾਨੂੰ ਕੁੱਲ ਕੁੱਲ ਮੁਰਸਲ ਝੁਕ ਦੇ, ਕੁੱਲ ਮੁਰਸਲ ਝੁਕ ਦੇ, ਵਕਾਰ ਭਾਈ ਜਾਨ ਰੀਮ ਜਾਨ, ਕੁੱਲ ਮੁਰਸਲ ਝੁਕ ਦੇ, ਵੇਖੇ ਨੇ ਕੁੱਲ ਮੁਰਸਲ ਝੁਕ ਦੇ, ਵੇਖੇ ਨੇ ਕੁੱਲ ਮੁਰਸਲ ਝੁਕ ਦੇ, ਵੇਖੇ ਨੇ ਬਾਰ ਬਾਰ ਆਖ ਰਿਹਾ ਕੁੱਲ ਮੁਰਸਲ ਝੁਕਦੇ, ਵੇਖੇ ਨੇ ਕੁਝ ਬੰਦੇ ਸੋਚ ਰਹੇ ਕਿੱਥੇ ਝੁਕਦੇ, ਵੇਖੇ ਨਾ ਕੁੱਲ ਮੁਰਸਲ ਝੁਕ ਦੇ, ਵੇਖੇ ਨੇ ਸੁਲਤਾਨ ਨਬੀ ਦੇ ਕਦਮਾਂ ਤੇ, ਹੋਰ ਜੀ ਕੋ ਜ਼ਿੰਦਗੀ ਦੇ ਰਾਜ਼ ਕਰੋੜ ਜੀ ਕਰੋੜ ਲੱਖ ਹੈ, ਤੁਸੀਂ ਵੀ ਰੀਸ ਕਰ ਸਕਦੇ ਹੋ ਬੇਗੁਲਾਮ, ਬਸ ਓ ਕੁੱਲ ਮੁਰਸਲ ਝੁਕ ਦੇ, ਵੇਖੇ ਨੇ ਲਫਜ਼ਾਂ ਨੂੰ ਵੇਖਣਾ, ਅੱਲਾ ਦਾ ਪਿਆਰਾ ਮਹਿਬੂਬ ਹੈ, ਗਰਜ਼ ਖਿਲਕਤ ਕਾਇਨਾਤ ਹੈ, ਇਹ ਹੁਣ ਗਰਮੀ ਹੈ ਇਕੱਠੇ ਬੈਠੇ ਰਹੇ ਹੈ, ਬੰਦਾ ਇੱਕ ਦੂਜੇ ਤੋਂ ਦੂਰ ਹੋਵੇ ਪਸੀਨਾ ਆਵੇ ਤਾਂ ਉਸ ਸੋਹਣੇ ਦਾ ਜ਼ਿਕਰ ਪਿਆ ਸੁਣਨਾ, ਜਿਹਦੀ ਪਹਿਚਾਨੀ ਤੇ ਪਸੀਨਾ ਆਵੇ ਸਰਕਾਰ ਇੰਜ ਕਰਕੇ ਛੰਡਣ ਵਿੱਚੋਂ ਯੂਸਫ ਦੇ ਨਬੀ ਨਿਕਲਦੇ, ਜ਼ਿੰਦਗੀ ਦਾ ਰਾਜ਼ ਹੋਵੇ ਜ਼ਿੰਦਗੀ ਦਾ ਰਾਜ਼ ਹੋਵੇ, ਵਿੱਚੋਂ ਯੂਸਫ ਜੇ ਨਬੀ ਨਿਕਲਦੇ ਨੇ ਉਸ ਨੂੰ ਪਾਕ ਮੁਹੰਮਦ ਆਦੇ ਕੁੱਲ ਮੁਰਸਲ ਝੁਕ ਦੇ, ਵੇਖੇ ਨੇ ਸੁਲਤਾਨ ਨਬੀ ਦੇ ਕਦਮਾਂ ਤੇ, ਕੀ ਕਰਨਾ ਹੈ ਜੀ ਕੇ ਓ ਕੀ ਕਰਨਾ ਹੈ ਜੀ ਕੇ, ਜੇ ਨਿਕਲੇ ਸਾਡੀ ਜਾਨ ਨਬੀ ਦੇ ਕਦਮਾਂ ਤੇ, ਮੌਲਾ ਤੁਹਾਡੀ ਜ਼ਿੰਦਗੀ ਦਾ ਰਾਸ ਫਰਮਾਏ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ, ਅੱਠ ਕੈਮਰੇ ਜਾਂ ਨੌ, ਮੌਲਾ ਅਲੀ ਬਾਦਸ਼ਾਹ ਦਾ ਫਰਮਾਨ ਨੇ ਦੋ ਬੰਦਿਆਂ ਨਾਲ ਮੇਰਾ ਕੋਈ ਤਲਕ ਰਿਸ਼ਤਾ ਨਾਤਾ ਨਹੀਂ, ਇੱਕ ਮੁਨਾਫਿਕ ਅਤੇ ਦੂਆ ਖੁਸ਼ਾਮਦ ਪ੍ਰਸਤ, ਅਸਾਂ ਮਸਕੀਨਾ ਵਾਰੀ ਇਹ ਉੱਠ ਕੇ ਕੈਮਰਾ ਹੀ ਨਹੀਂ ਫਿਰੇਂਦੇ, ਚੱਲ ਤੁਹਾਡੇ ਕੈਮਰਿਆਂ ਦੀਆਂ ਲਾਈਟਾਂ ਖਰਾਬ ਹੋਵੇ। ਓ ਕੁੱਲ ਮੁਰਸਲ ਝੁਕ ਦੇ, ਵੇਖੇ ਨੇ ਸੁਲਤਾਨ ਨਬੀ ਦੇ ਕਦਮਾਂ ਤੇ, ਕੀ ਕਰਨਾ ਜੀ ਕੇ, ਜੇ ਨਿਕਲੇ ਸਾਡੀ ਜਾਨ ਨਬੀ ਦੇ ਕਦਮਾਂ ਤੇ, ਕੁੱਲ ਮੁਰਸਲ ਝੁਕ ਦੇ ਵੇਖੇ ਨੇ। ਦੋ ਮੋਮਨ ਖਾਨਪੁਰ ਕਟੋਰਾ ਬਿਮਾਰ ਹਨ, ਮਾਲਿਕ ਸਰਕਾਰ ਦੇ ਜ਼ਿਕਰ ਦਾ ਸਦਕਾ, ਸੋਹਣੇ ਦੀ ਆਮਦ ਦਾ ਸਦਕਾ ਮਾਲਿਕ ਸਿਹਤ ਕਾਮ ਇਲਾਜ ਰਹਾ ਹੈ, ਔਰ ਆਬਿਦ ਭਾਈ ਬੇ ਔਲਾਦ ਹਨ, ਮੈਂ ਹਕੀਰ ਸਮੇਤ ਜਿਤਨੇ ਵੀ ਬੇ ਔਲਾਦ ਹਨ ਜਿਹਨਾਂ ਦੀਆਂ ਝੋਲੀਆਂ ਆਬਾਦ ਨਹੀਂ, ਮਾਲਿਕ ਇਸ ਜ਼ਿਕਰ ਪਾਕ ਦਾ ਸਦਕਾ ਪੰਜ ਵਾਰ ਹਾਂ ਚੌਦਾਂ ਦੇ ਸਦਕੇ ਉਹਨਾਂ ਦੀ ਗੋਦ ਆਬਾਦ ਫਰਮਾ। ਅੱਛਾ ਦਿਲ ਹੈ ਮਜ਼ਹਰ ਭਾਈ ਵੀ ਆ ਗਏ ਹਨ,
ਮਜ਼ਰ ਭਾਈ ਨਾਲ ਮੇਰਾ ਬੜਾ ਢੇਰ ਸਾਰਾ ਪਿਆਰ ਹੈ, ਸ਼ੁਰੂ ਤੋਂ ਸਾਰਿਆਂ ਨਾਲ ਹੀ ਪਿਆਰ ਹੈ, ਅਲਹਮਦੁਲਿਲਾ ਤਾਂ ਸਾਰੇ ਹੀ ਪਿਆਰ ਕਰਦੇ ਨੇ, ਪੱਖਾ ਚੱਲੇ ਹੋਇਆ ਇਸ ਵਜ੍ਹਾ ਤੋਂ ਮੈਂ ਨਾਲ ਨਾਲ ਜਿਹੜਾ ਨਾ ਨਿਆਜ਼ ਹੀ ਕੁੰਜੀ ਆਉਂਦਾ, ਤੁਸੀਂ ਬੜੇ ਗੌਰ ਨਾਲ ਵੇਖਦੇ ਪਏ ਹੋ, ਸ਼ਰਈ ਮਜਬੂਰੀਆਂ ਆਉਂਦੀਆਂ ਨੇ ਸ਼ਰੀਫਾਂ ਨੂੰ ਅਤੇ ਸਫ਼ਰ ਬੜਾ, ਤੁਸੀਂ ਦੱਸੋ ਤਾਂ ਹੀ ਮੈਂ ਲਾਉਣਾ ਹੈ ਨਾ ਬਾਜਾ ਜੀ। ਹਾਂ ਮੌਲਾ ਜ਼ਿੰਦਗੀ ਦਰਾਜ਼ ਕਰੇ ਨੇ ਜੀ, ਸਾਇਆ ਕਾਇਮ ਰਹੇ, ਵੇਖਦੇ ਪਏ ਨੇ ਬਈ ਆਏ ਹੋਇਆ ਅਤੇ ਜ਼ਾਹਿਰ ਆਖਿਰ ਦੇਣਾ ਨੇ ਅਤੇ ਜਾਨ ਛੁੱਟਣੀ ਹੈ ਨਾ। ਹੁਣ ਤੁਹਾਡਾ ਦਿਲ ਇਹ ਵੀ ਮੈਂ ਅਗਲਾ ਸ਼ੇਰ ਸੁਣਾਵਾਂ, ਵਤਨ ਦਾ ਕਰਕੇ ਬੇਗਰਜ਼ੀ ਨਹੀਂ ਕਰਨੀ। ਅਸਦ ਭਾਈ ਪੁੱਛ ਰੱਬ ਕੋਲੋਂ, ਨਜ਼ੀਰ ਭਾਈ ਜਿਤਨਾ ਮਕਾਮ ਹੋਵੇ ਨਾ ਮਤ ਪੁੱਛਦਾ ਬੰਦਾ ਉਸੇ ਕੋਲੋਂ ਹੋਵੇ ਜਿਹੜਾ ਜਾਣਦਾ ਹੋਵੇ। ਖੁਰਮ ਭਾਈ ਪੁੱਛ ਰੱਬ ਕੋਲੋਂ, ਰੱਬ ਜਾਣਦਾ ਹੈ ਕੀ ਸ਼ਾਨ ਮੁਹੰਮਦ ਅਰਬੀ ਦੀ। ਦਵਾਰ ਜੁਲਫਕਾਰ ਸਾਰੇ ਮੌਲਾ ਦੇ ਦਵਾਰ ਬੈਠੇ ਹੋ, ਪੁੱਛਦਾ ਬੰਦਾ ਉਸ ਕੋਲ ਹੋਵੇ ਜਿਹੜਾ ਜਾਣਦਾ ਹੋਵੇ। ਪੁੱਛ ਰੱਬ ਕੋਲ, ਰੱਬ ਜਾਣਦਾ ਕੀ ਸ਼ਾਨ ਮੁਹੰਮਦ ਅਰਬੀ ਦੀ। ਸੁਬੋ ਸ਼ਾਮ ਜ਼ਿਆਰਤ ਕਰਦਾ ਮੁਹੰਮਦ ਅਰਬੀ, ਸੁਬੋ ਸ਼ਾਮ ਜ਼ਿਆਰਤ ਕਰਦਾ ਹੈ ਕੁਰਾਨ ਮੁਹੰਮਦ ਅਰਬੀ ਦੀ। ਬੀ ਲਾਲ ਅਬੂ ਜ਼ਰ, ਓ ਬੀ ਲਾਲ ਅਬੂ ਜ਼ਰ, ਝੁਕਦੇ ਸਲਮਾਨ ਨਬੀ ਦੇ ਕਦਮਾਂ ਤੇ। ਪੂਰੀ ਤਾਕਤ ਨਾਲ ਦੋਵੇਂ ਹੱਥ ਬੁਲਾਉਂਦੇ ਕਰਕੇ ਹਾਏ ਮਹਿਬੂਬ ਦੇ ਸੋਹਣੇ, ਮਹਿਬੂਬ ਦੇ ਸੋਹਣੇ, ਮਹਿਬੂਬ ਦੇ ਸੋਹਣੇ ਚਿਹਰੇ ਰੱਬ ਆਪਣੇ ਆਪ ਨੂੰ ਵੇਦਾ ਹੈ। ਮੈਂ ਤੇ ਤੁਹਾਡੀਆਂ ਝੋਲੀਆਂ ਤੱਕ ਲਫ਼ਜ਼ ਹੀ ਪਹੁੰਚਾ ਸਕਦਾ ਹਨ। ਨਫਾਸਤ ਵੇਖੋ ਸਰਕਾਰ ਭਾਈ ਜਾਨ, ਤੁਸੀਂ ਆਪ ਛੋੜੋ। ਮਹਿਬੂਬ ਦੇ ਸੋਹਣੇ, ਏਡਾ ਸੋਹਣਾ ਹੀ ਤੁਹਾਡਾ ਤੇ ਸਾਡਾ ਨਬੀ, ਮਹਿਬੂਬ ਦੇ ਸੋਹਣੇ ਚਿਹਰੇ ਵਿੱਚ ਰੱਬ ਆਪਣੇ ਆਪ ਨੂੰ ਵੇਂਦਾ ਹੈ। ਸੋਹਣੇ ਮਹਿਬੂਬ ਤੇ ਉਸ ਵੇਲੇ ਰੱਬ ਹੋਰ ਵੀ ਨਾਜ਼ ਕਰੇਂਦਾ ਹਾਏ ਹਾਏ। ਸੋਹਣੇ ਮਹਿਬੂਬ ਤੇ ਉਸ ਵੇਲੇ ਰੱਬ ਹੋਰ ਵੀ ਨਾਜ਼ ਕਰੇਂਦਾ ਹੈ, ਜਿਸ ਵੇਲੇ ਰੱਖੇ ਸਰ ਕੁੱਲੇ, ਓ ਜਿਸ ਵੇਲੇ ਰੱਖੇ ਸਰ ਕੁੱਲੇ ਈਮਾਨ ਨਬੀ ਦੇ ਕਦਮਾਂ ਤੇ। ਮੌਲਾ ਜ਼ਿੰਦਗੀ ਦਰਾਜ਼, ਮੌਲਾ ਤੁਹਾਡੀਆਂ ਜ਼ਿੰਦਗੀਆਂ ਕਰਨ, ਮੌਲਾ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰਨ। ਇੱਕ ਸਿੱਧਾ ਦੋ ਚਾਰ ਮਿੰਟ ਦੇ ਵਿੱਚ ਖਤਮ ਅਤੇ ਭਾਈ ਜਾਨ ਨੂੰ ਟਾਈਮ ਅਤੇ ਦੁਆਵਾਂ। ਬਾਵਾਜ਼ ਬੁਲੰਦ ਸਲਵਾਤ ਕਈ ਤਾਂ ਨਾ ਕਰੋ, ਸਲਵਾਤ ਤਾਂ ਸਾਰੇ ਪੜ੍ਹੋ। ਖਰੀ ਹੈ ਬਾਤ ਜੋ ਮੈਂ ਕਹਿ ਰਹਾ ਹੂੰ, ਖਰੀ ਹੈ ਬਾਤ ਜੋ ਮੈਂ ਕਹਿ ਰਹਾ ਹੂੰ, ਖਰੀ ਹੈ ਬਾਤ ਜੋ ਮੈਂ ਕਹਿ
कह रहा हूँ, खरी है बात जो मैं कह रहा हूँ। लाडू मसेर अल्लाह तेरे बुजुर्गों के दर्जात बुलंद करे, पूरम भाई मालिक तुहाडे बुजुर्गों के दर्जात बुलंद करे, नजीर जिंदगी होवे। सारे तवज्जो मेरे पास रखनी है, खरी है बात जो मैं कह रहा हूँ। केड़ी बात है बाबा गुलाम बादशाह जी, टिड हो बवे, खरी है बात जो मैं साहब आप इकट्ठे होए, तोहफे तवाइफ दियाँ गल्लां कीतियाँ। मैनू दोस्तां फलां तोहफा दिता है, तोहफे देण नाल मुहब्बतां वधदियां। फलां तोहफा दिता है, एक मातमी अगां ते वधिया, उह आहदा इह तोहफे सिर्फ दुनिया दी हद तक हन। जिहड़े तोहफे दी मैं तुहानूं गल पिया सुणा ना, उस तोहफे इत्थे ही काम आवणा है, कबरे च काम आवणा है, ते हशरे च काम आवणा है। मौला तुहाडी जिंदगी दराज फरमावे, तां ही तां शेर पिया सुणा ना, मेरी जेर तोहफे में दिया है, इतना लाद लाओ। पूरी ताकत दो हाथ बुलंद करके हाय दरी मौल तुम्हारी जिंदगी दराज फरमावे, मौल तुम किसी का मोहताज ना करे। मेरी मां मुझसे क्यों ना प्यार करते, सदका जिन्हां दियां झोलियां खाली हैं मालिक इस जिक्र दा सदका, बाबुल अवाइद शहजाद अली असगर अलैहि सलाम दी नलैन दा सदका मालिक झोलियां बात फरमावन। मेरी मां मुझे से क्यों ना प्यार करते, मेरी मां मुझे से क्यों ना प्यार करते, उसे से झोले से मिला हूँ, उसे ऐसे गए के झोले से मिला हूँ, मैं मातम के लिए पैदा हूँ, हो खरी है बात जो मैं कह रहा। पढ़दा पिया कुठा पियू अकबर दा, बस एक बंद ताले भी दुआ, जिहड़ी 1400 मील तो आँदी है ना, वो मुकान झलन आँदी है। हाँ साढ़े तो तुहाडे वस च नहीं, हाए साढ़े तो तुहाडे वस च। कुठा पियू अकबर दा, आए वो सजदे वेच वो ते अकबर जय पुत्र को आके, ओ हर मोमिन ते ए वाजिब ना करें नमाज, उठते आन दी माए
ਉਹਦਾ ਸਰ ਕੋਈ ਨਹੀਂ, ਉਹਦੀ ਚਾਦਰ ਕੋਈ ਨਹੀਂ, ਉਜੜੇ ਨ ਬਹਿਣ ਮੇਰੇ ਛੋਟੇ ਵੀਰ ਅਟਕ ਮਹਿਮਾ ਬਾਬਾ ਸਗੀਰ ਕਾਦਮੀ ਸਾਹਿਬ ਅਰਸ਼ਨ ਮੰਗਲ ਆਖਰੀ ਫੁਰਸੇ ਵਾਸਤੇ ਗੁਜ਼ਾਰੇ ਕਰਸਾਂ। ਪਾਕਿਸਤਾਨ ਦਾ ਬਹੁਤ ਬੜਾ ਨਾਂ ਸ਼ੈਨ ਸੈਕਾ ਸਾਹਿਬ ਬੈਰ ਮੈਂ ਸਾਹਿਬ ਸਾਡੇ ਬਿਹਾਰੀ ਮੁਲਤਾਨ ਤੋਂ ਮਹਿਮਾ ਮੁਲਕੀ ਨਾਮ ਰਸਤੇ ਜ਼ਾਕਿਰ ਆਲ ਮੁਹੰਮਦ ਜਨਾਬ ਬਿਰਾਦਰ ਮੋਹਤਰਮ ਬਕਾਇਰ ਹਦਰ ਸ਼ਰਾਈ ਸਾਹਿਬ ਬਿਹਾਰੀ ਸ਼ਹਿਰ ਜ਼ਿਕਰ ਮੁਹੰਮਦ ਆਲ ਮੁਹੰਮਦ ਬਿਆਨ ਫਰਮਾਇ ਸਨ। ਫੌਰਨ ਬਾਅਦ ਇਕੱਠੇ ਰਲ ਤੇ ਮਸਿਆ ਇਕੱਠੇ ਪੜ੍ਹ ਸਨ, ਕਸੀਦੇ ਵੱਖਰੇ ਵੱਖਰੇ ਇਕੱਠੇ ਮਸਿਆ ਰਲ ਤੇ ਪੜ੍ਹ ਸਨ। ਮੌਲਾ ਬਾਨੀ ਮਿਲਸ ਮਜ਼ਹਰ ਅਬਾਦ ਦੇ ਰਜ਼ਬਖਤੇ ਜ਼ਫਰ ਮਾਵੇ 9-10 ਕੈਮਰੇ ਚਲਦੇ।